ਸਤਿ ਸ਼੍ਰੀ ਅਕਾਲ ਫਰੈਂਡਸ, ਵੈਲਕਮ ਟੂ ਆਰ ਚੈਨਲ। ਅੱਜ ਸਾਡੇ ਨਾਲ ਅੰਮ੍ਰਿਤਪਾਲ ਹੈ ਅੰਮ੍ਰਿਤਸਰ ਤੋਂ, ਜਿਨ੍ਹਾਂ ਦਾ ਹੁਣੇ ਵੀਜ਼ਾ ਆਇਆ ਹੈ ਲਿਥੁਆਨੀਆ ਦਾ। ਸੋ ਸਾਡੇ ਕੋਲ ਇਹਨਾਂ ਦੀ TRP ਕਾਰਡ ਹੈ ਔਰ ਅਸੀਂ ਇਹਨਾਂ ਨੂੰ ਕੋਂਗਰੈਚੁਲੇਟ ਕਰਨ ਲੱਗੇ। ਕੋਂਗਰੈਚੁਲੇਸ਼ਨ, ਥੈਂਕ ਯੂ। ਸੋ ਅੰਮ੍ਰਿਤਪਾਲ, ਤੁਸੀਂ ਦੱਸੋ, ਤੁਹਾਨੂੰ ਇੰਡੋ ਯੂਰੋਪੀਅਨ ਦੇ ਬਾਰੇ ਕਿੱਧਰੋਂ ਪਤਾ ਚੱਲਿਆ? ਮੇਰੀ ਮਦਰ ਨੇ ਨਾ TV ਦੇ ਉੱਤੇ ਐਡ ਦੇਖੀ ਤੇ ਫਿਰ ਉਹਨਾਂ ਅੰਮ੍ਰਿਤਸਰ ਬ੍ਰਾਂਚ ਦੇ ਵਿੱਚ ਵਿਜ਼ਿਟ ਕੀਤਾ ਸੀ। ਅੱਛਾ ਜੀ, ਠੀਕ ਹੈ। ਤੇ ਤੁਸੀਂ ਕਿਹੜੀ ਯੂਨੀਵਰਸਿਟੀ ਜਾ ਰਹੇ ਹੋ ਅੰਮ੍ਰਿਤਪਾਲ? ISM ਯੂਨੀਵਰਸਿਟੀ। ISM ਯੂਨੀਵਰਸਿਟੀ। ਹੋਰ ਤੁਸੀਂ ਕਿਹੜਾ ਪ੍ਰੋਗਰਾਮ ਆਪਟ ਕੀਤਾ? ਬੈਚਲਰ ਆਫ ਬਿਜ਼ਨਸ ਮੈਨੇਜਮੈਂਟ ਇਨ ਮਾਰਕੀਟਿੰਗ। ਅੱਛਾ ਜੀ, ਤੇ ਅੰਮ੍ਰਿਤਪਾਲ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਤੁਸੀਂ ਕਿਉਂਕਿ ਇਹ ਬਿਜ਼ਨਸ ਪ੍ਰੋਗਰਾਮ ਆਪਟ ਕੀਤਾ ਬੈਚਲਰ ਲੈਵਲ ਤੇ, ਤੁਸੀਂ ਇੰਡੀਆ ਤੋਂ ਕੀ ਕੀਤਾ ਹੋਇਆ? ਮੈਂ 12th ਦੇ ਵਿੱਚ ਕਾਮਰਸ ਕੀਤੀ ਹੋਈ ਹੈ ਵਿਦ ਮੈਥ। ਓਕੇ, ਤੇ ਤੁਹਾਡੇ ਕਿੰਨੇ ਮਾਰਕਸ ਆਏ ਸੀਗੇ? ਮੇਰੇ 72%। ਠੀਕ ਹੈ ਜੀ। ਹੋਰ ਤੁਹਾਡੇ ਕੋਲ ਕੋਈ IELTS, PT ਜਾਂ ਕੁਝ? ਮੇਰੇ ਕੋਲ PT ਸੀ, PT ਦੇ ਵਿੱਚ 53 ਸਕੋਰ ਸੀ। ਓਕੇ, ਠੀਕ ਹੈ। ਤੇ ਅੰਮ੍ਰਿਤਪਾਲ, ਤੁਸੀਂ ਹੁਣ ਲਿਥੁਆਨੀਆ ਹੀ ਸਪੈਸੀਫਿਕਲੀ, ਤੁਹਾਡੀ ਮੰਮੀ ਤੁਸੀਂ ਕਹਿ ਰਹੇ ਉਹਨਾਂ ਨੇ ਸਾਡੀ ਐਡ ਦੇਖੀ, ਸਾਡਾ ਆਫਿਸ ਵਿਜ਼ਿਟ ਕੀਤਾ, ਹੋਰ ਤੁਸੀਂ ਹੁਣ ਲਿਥੁਆਨੀਆ, ਤੁਹਾਡਾ ਵੀਜ਼ਾ ਆ ਗਿਆ, ਤੁਸੀਂ ਜਾ ਰਹੇ ਹੋ, ਤੇ ਤੁਸੀਂ ਸ਼ੁਰੂ ਤੋਂ ਹੀ ਲਿਥੁਆਨੀਆ ਜਾਣ ਲਈ ਪ੍ਰੈਫਰ ਕੀਤਾ ਸੀ ਜਾਂ ਤੁਹਾਡੀ ਕੋਈ ਹੋਰ ਪ੍ਰੈਫਰੈਂਸ ਸੀਗੀ? ਮੇਰੀ ਮਦਰ ਦੀ ਪ੍ਰੈਫਰੈਂਸ ਕੀ, ਯੂਰਪ ਦੇ ਵਿੱਚ ਕੋਈ ਵੀ ਕੰਟਰੀ ਦੇ ਵਿੱਚ ਲਗਾਉਣੀ ਹੈ ਫਾਈਲ। ਓਕੇ, ਤੇ ਯੂਰਪ ਦੇ ਵਿੱਚ ਤੁਸੀਂ ਸਪੈਸੀਫਿਕਲੀ ਲਿਥੁਆਨੀਆ ਹੀ ਕਿਉਂ ਚੂਜ਼ ਕੀਤਾ? ਕਿਉਂਕਿ ਇਹ ਅਫੋਰਡੇਬਲ ਆ, ਸਟੱਡੀ ਵਿੱਚ ਵੀ ਤੇ ਕੋਈ ਅਕੋਮੋਡੇਸ਼ਨ ਦੇ ਵਿੱਚ ਵੀ ਅਫੋਰਡੇਬਲ ਹੈ ਸਾਰਾ। ਅੱਛਾ ਜੀ, ਠੀਕ ਹੈ। ਅੰਮ੍ਰਿਤਪਾਲ, ਤੁਹਾਡੇ ਪ੍ਰੋਸੈਸ ਦੀ ਅਗਰ ਅਸੀਂ ਗੱਲ ਕਰੀਏ, ਤੁਸੀਂ ਜਦੋਂ ਸਾਡੇ ਥਰੂ ਐਪਲੀਕੇਸ਼ਨ ਕੀਤੀ, ਥਰੂ ਆਊਟ ਦਾ ਪ੍ਰੋਸੈਸ, ਸਟਾਰਟ ਕਾਉਂਸਲਿੰਗ ਤੋਂ ਲੈ ਕੇ ਐਡਮਿਸ਼ਨ, ਹੋਰ ਵੀਜ਼ਾ, ਹੁਣ ਤੱਕ ਤੁਹਾਡਾ ਖੁਦ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ? ਮੈਂ ਨਾ ਸਤੰਬਰ ਦੇ ਵਿੱਚ ਮੈਂ ਫਾਈਲ ਲਗਵਾਈ ਸੀ, ਸੋ ਥੋੜ੍ਹਾ ਲੇਟ ਹੋਣ ਕਰਕੇ ਤੇ ਮੈਂ ਸਤੰਬਰ ਦੇ ਵਿੱਚ ਆਨਲਾਈਨ ਕਲਾਸਿਸ ਮੈਂ ਇੱਥੇ ਅਟੈਂਡ ਕਰਦਾ ਰਿਹਾ। ਅੱਛਾ ਜੀ, ਸੋ ਅੱਜ ਕੱਲ ਵੀਜ਼ਾ ਆ ਗਿਆ, ਸੋ ਹੁਣ ਨੈਕਸਟ ਉੱਥੇ ਜਾ। ਓਕੇ, ਤੇ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਅਗਰ ਤੁਸੀਂ, ਮੈਂ ਕਹਾਂ ਜੇ ਤੁਹਾਡੇ ਨਾਲ ਜੋ ਟੀਮ ਕੋਆਰਡੀਨੇਟ ਕਰ ਰਹੀ ਸੀ, ਤੁਹਾਡੇ ਜੋ ਕਾਉਂਸਲਰ ਸੀ, ਤੁਹਾਡੇ ਜੋ ਕੇਸ ਆਫੀਸਰ ਸੀ, ਜਾਂ ਤੁਹਾਡੇ ਜੋ ਇੰਟਰਵਿਊ ਪ੍ਰਿਪਰੇਸ਼ਨ ਲਈ ਜੋ ਟ੍ਰੇਨਰ ਸੀਗੀ, ਉਹਨਾਂ ਦੇ ਨਾਲ ਤੁਹਾਡਾ ਕਿੱਦਾਂ ਦਾ ਰਿਹਾ ਕੋਆਰਡੀਨੇਸ਼ਨ? ਬਹੁਤ ਵਧੀਆ ਐਕਸਪੀਰੀਅੰਸ ਰਿਹਾ, ਬਹੁਤ ਵਧੀਆ ਟ੍ਰੇਨ ਕਰਦੇ ਇੰਟਰਵਿਊ ਦੇ ਵਿੱਚ ਮੈਮ। ਅੱਛਾ ਜੀ, ਤੇ ਫਾਈਲਿੰਗ ਨੂੰ ਲੈ ਕੇ ਤੁਹਾਨੂੰ ਕਦੀ ਕੋਈ ਚੈਲੰਜਸ ਆਏ, ਕਦੀ ਕੋਈ ਨਿਰਾਸ਼ਾ, ਕੋਈ ਡਿਸਅਪਾਇੰਟਮੈਂਟ ਕਿ ਇਹਨਾਂ ਨੇ ਮੈਨੂੰ ਸਹੀ ਤੋਂ ਗਾਈਡ ਨਹੀਂ ਕੀਤਾ, ਜਾਂ ਇਹਨਾਂ ਨੇ ਤਾਂ ਕੁਝ ਹੋਰ ਬੋਲਿਆ ਸੀ, ਇਸ ਤਰ੍ਹਾਂ ਦੀ ਕੋਈ ਪ੍ਰੋਬਲਮਸ ਆਈਆਂ? ਨਹੀਂ ਨਹੀਂ ਟੀਮ ਨੇ ਬਹੁਤ ਵਧੀਆ ਗਾਈਡ ਕੀਤਾ ਮੈਨੂੰ। ਓਕੇ ਜੀ, ਠੀਕ ਹੈ। ਤੇ ਅੰਮ੍ਰਿਤਪਾਲ, ਤੁਸੀਂ ਜੋ ਸਟੂਡੈਂਟਸ ਬਾਹਰ ਜਾਣ ਲਈ ਸੋਚ ਰਹੇ ਨੇ, ਜਾਂ ਜਿਨ੍ਹਾਂ ਨੂੰ ਨਹੀਂ ਪਤਾ, ਜਿੱਦਾਂ ਕਿ ਤੁਸੀਂ ਕਹਿ ਰਹੇ ਹੋ ਤੁਸੀਂ ਫਸਟ ਆਪਣੀ ਫੈਮਿਲੀ 'ਚੋਂ ਦੀ, ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਸੀ, ਬਟ ਇੱਥੋਂ ਦੀ ਆ ਕੇ ਤੁਸੀਂ ਕੀਤਾ, ਔਰ ਤੁਹਾਨੂੰ ਤੁਹਾਡੀ ਜੋ ਵੀ ਸਰਵਿਸਿਜ਼ ਜੋ ਤੁਸੀਂ ਐਕਸਪੈਕਟ ਕਰਦੇ ਸੀ ਉਹ ਮਿਲੀਆਂ, ਅਤੇ ਅਲਟੀਮੇਟਲੀ ਹੁਣ ਤੁਹਾਡਾ ਵੀਜ਼ਾ ਆ ਗਿਆ, ਤੁਸੀਂ ਉਹਨਾਂ ਸਟੂਡੈਂਟਸ ਨੂੰ ਇਸ ਮਾਧਿਅਮ ਰਾਹੀਂ ਕੀ ਮੈਸੇਜ ਕਨਵੇ ਕਰਨਾ ਚਾਹੋਗੇ? ਇੰਡੋ ਯੂਰੋਪੀਅਨ ਦੀ ਸਰਵਿਸ ਬਹੁਤ ਵਧੀਆ, ਸਟਾਫ ਬਹੁਤ ਵਧੀਆ, ਕੋਆਪਰੇਟ ਕਰਦੇ, ਹਰ ਇੱਕ ਕੋਈ ਗੱਲ ਹੋਵੇ, ਡਾਕੂਮੈਂਟ ਦੇ ਵਿੱਚ ਵੀ ਕੋਈ ਪ੍ਰੋਬਲਮ ਹੋਵੇ ਤਾਂ ਕੋਆਪਰੇਟ ਕਰਦੇ। ਠੀਕ ਹੈ ਜੀ, ਤੇ ਤੁਸੀਂ ਰੈਕਮੈਂਡ ਕਰਨਾ ਚਾਹੋਗੇ ਇੰਡੋ ਯੂਰੋਪੀਅਨ ਨੂੰ, ਬਾਕੀ ਸਟੂਡੈਂਟਸ ਨੂੰ? ਹਾਂ, ਮੈਂ ਰੈਕਮੈਂਡ ਕਰੂੰਗਾ, ਕਿਉਂਕਿ ਬਹੁਤ ਵਧੀਆ ਸਰਵਿਸ ਲੱਗੀ ਮੈਨੂੰ। ਓਕੇ, ਥੈਂਕ ਯੂ ਸੋ ਮਚ ਅੰਮ੍ਰਿਤਪਾਲ, ਸਾਡੇ ਨਾਲ ਇੱਥੇ ਆਉਣ ਲਈ, ਹੋਰ ਸਟੂਡੈਂਟਸ ਨਾਲ ਆਪਣੇ ਵਿਊਜ਼ ਸਾਂਝੇ ਕਰਨ ਲਈ। ਥੈਂਕ ਯੂ ਸੋ ਮਚ ਵਾਂਸ ਅਗੇਨ, ਐਂਡ ਆਲ ਦ ਵੈਰੀ ਬੈਸਟ ਫਾਰ ਯੂ। ਥੈਂਕ ਯੂ, ਥੈਂਕ ਯੂ। Press the bell icon on the YouTube app and never miss another update.